ਤਾਂ ਹਲੇ ਹੌਲੀ ਹੌਲੀ ਆਊਗਾ ਖਾ ਲਈ ਰੋਟੀ ਹੁਣ ਤਾਂ ਆਪਾਂ ਤਾਂ ਜਾ ਕੇ ਮੌਜਾਂ ਨਾਲ ਸੌਂਦੇ ਕਿਹੜਾ ਕੰਮ ਕਰਾ ਕੇ ਦਿਖਾਵੇ ਕੰਮ ਫਿਰ ਮੈਥੋਂ तू शुकर कर उन्होंने अपन इतने बाड़ लिया नहीं तो किसी गुआंढी ने नहीं अंदर बड़न दिते है ज्यादा तेरे जो आप किराए ते रहने होंगे किन्ने औखे थे उत्थे आपां मेले चले हुंदे ने फिर कहंदे ने बोलदी आ बोलां ना तां मैं होर की करां देख ला ओ तोरती आखे बाग जाबदी नूं लैके हैं मई दी लगी होई आ उहदे सजरी ब्याही दे पता नहीं दस के आई है घरे नहीं दस के आई मैं बनाऊ रेल देखे धरती मूह चके ਉੱਥੇ ਸੱਪ ਉੱਥੇ
मेरी गल सुन ओनू तो दिता तोर मैं सुख के लिए हुई है सारा घर का काम मैं करा खेती बाड़ी तो मैं सामा कोई गल नहीं बोते मेरी भाग मार मेरे गाली घर बनूगी पर मेरा तजर्बा बहुत है मेरा जो माइंड है ना बहुत कम करता तेरा माइंड कम जगह किधरे नहीं मरदी मरदी ने कोई पता नहीं गुस्से चाहे नहीं पता फाहा ले लवे जाके देखता ना सप कानू आया तब परजाई साहा ले रही देख रस्सा पा रखिया मर जान दे परे मैं रानिया वांगू राज करूंगी घर ते अज ता ही गल कहती मुड़ के ना कह दी जहे जा मर्जी आ परिवार ता मेरा नाले पिंड दे लोग की कहणगे भी ए भी खेत गए ते पता नहीं ए मार के आए ने तू आ कर छेती भज राजा आपा बचाई उनां नूं भज के आ जा मैं रहूंगी सारा दा नाल खाऊंगी बोदे तेरा भी बोदे तेरा भी आ गया ओ जगह जगह ओ जगह ते हां तेरी नहीं सुनदी खड़ जा दो मिनट हां ओ खड़ तेनूं मैं समझाउणा मर जा ओए समझा ला समझाउणा ऊपर जाइए नौ लिखा दी मेरा नौ लिखाई मोटे मोटे खरच मरूगी तेन जके बाई दी सौ अज तो अज तो तेरी एक गल मनिया करू कोई गल नहीं तो मैं फाहा लेना सी पर हुण जे तू जगे दी सौ पाती ते जगे दी सौ तो मैं पासे नहीं हैगी कोई गल नहीं मैं इहनू प्यार करदी आ हुण मैं मरदी नहीं हां मैं करा हां नहीं मैं मरदी इहनू भी मोटरसाइकिल ते ले जा आ जा भाभी चल भाभी नहीं मोटरसाइकिल ले जा ना तुर के आऊंगी मैं तो फाहा लूंगी भाभी भाभी छड भाभी साडे नाल चल साडे नाल चल साडे नाल चल 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 आ जा मोटरसाइकिल चला ले
ਹੈ ਪਤਾ ਨਹੀਂ ਕਿੱਥੇ ਕੰਨ ਬੰਦ ਕਰੀ ਖੜੀ ਆ ਚੱਲ ਕੋਈ ਨਾ ਤੂੰ ਚੁੱਪ ਰਿਹਾ ਕਰ ਮੈਂ ਤਾਂ ਚੁੱਪ ਆ ਮੈਂ ਕੀ ਬੋਲਣੀ ਹੈ ਤੁਸੀਂ ਮੇਰੇ ਤੇ ਗੱਲ ਫੇਰ ਸੁੱਟ ਦਿੰਦੇ ਹੋ ਚੱਲ ਤੂੰ ਅੰਦਰ ਚੱਲ ਚੱਲ ਆਪਾਂ ਗੱਲ ਕਰਦੇ ਆ ਮੈਂ ਗੇਟ ਲਾਇਆ ਮਾਂ ਤੂੰ ਚੱਲ ਗੇਟ ਲਾਇਆ ਬੇਬੇ ਬੇਬੇ ਨਹੀਂ ਬੋਲਦੀ ਮੈਨੂੰ ਤਾਂ ਪਤਾ ਨਹੀਂ ਕਿਹੜੀ ਕੰਧ ਟੱਪ ਕੇ ਕਿਸੇ ਦੇ ਗਈ ਹੋਣੀ ਗੱਲਾਂ ਮਾਰਨ ਦੀਦੀ ਬੇਬੇ ਨਹੀਂ ਹੈਗੇ ਘਰੇ ਕਿਆ ਉਹਦਾ ਨਾਂ ਕੀ ਵਾਗੇ ਲੈ ਨਾ ਮੈਨੂੰ ਦੱਸ ਕੇ ਨਹੀਂ ਗਈ ਤੈਨੂੰ ਦੱਸ ਕੇ ਬਾਜੀ ਕੀ ਗੱਲ ਹੋ ਗਈ ਭਾਬੀ ਬੇਬੇ ਬੇਬੇ ਨੂੰ ਬਾਜਾ ਮਾਰਦੀ ਸੀ ਹੋਰ ਕੀ ਹੋਣਾ ਨਾਂ ਕੀ ਗਏ ਨੇ ਚਾਰੀ ਬੇਬੇ ਦਾ ਮੈਂ ਦੱਸ ਕੇ ਗਏ ਨੇ ਇਹਨੂੰ ਦੱਸ ਕੇ ਗਈ ਸੀ ਭਾਬੀ ਫਿਰ ਤਾਂ ਦੇਖ ਲਾ ਅਗੇ ਨਵੀਆਂ ਗੁੱਡੀਆਂ ਨਵੇਂ ਪਟੋਲੇ ਹੈ ਮੈਨੂੰ ਨਹੀਂ ਦੱਸਿਆ ਅੱਗੇ ਤਾਂ ਮੈਨੂੰ ਪਾਈ ਪਾਈ ਗੱਲ ਕਰਦੀ ਆ ਹੁਣ ਬੇਬੇ ਨੇ ਤੈਨੂੰ ਦੱਸਤਾ ਤੇ ਮੈਨੂੰ ਦੱਸ ਕੇ ਨਹੀਂ ਗਈ ਆਹ ਬਾਰ ਵੀ ਖੁੱਲਾ ਛੱਡ ਗਈ ਦੇਖ ਲਾ ਚਾਹੇ ਕੋਈ ਪਸ਼ੂਆਂ ਦੇ ਸੰਗਲ ਖੋਲ ਕੇ ਲੈ ਜੇ ਭਾਬੀ ਤੈਨੂੰ ਪਤਾ ਤਾਂ ਹੈਗਾ ਹੁਣ ਸਿਆਣੇ ਬੰਦੇ ਨਾਲ ਆਪਾਂ ਕਹਿ ਨਹੀਂ ਸਕਦੇ ਨਾ ਉਹ ਸਿਆਣੇ ਬੰਦੇ ਦੀ ਸਿਆਣੀ ਜ਼ਿੰਮੇਵਾਰੀ ਹੁੰਦੀ ਆ ਜਾਵੇ ਸੌ ਵਾਰੀ ਜਾਵੇ ਮੈਂ ਤਾਂ ਰੋਕਿਆ ਪਰ ਜਾਂਦੀ ਕਿਸੇ ਨੂੰ ਕਹਿ ਤਾਂ ਜਾਵੇ ਮਾਣਾ ਮੁੱਟਾ ਵੀ ਘਰ ਦਾ ਖਿਆਲ ਰੱਖਿਓ ਚਲ ਕੋਈ ਨਾ ਮੈਨੂੰ ਦੱਸ ਗਏ ਸੀਗੇ ਉਹ ਫਿਰ ਕੀ ਗੱਲ ਚਲ ਕੋਈ ਨਹੀਂ ਭਾਈ ਅੱਗੇ ਤੋਂ ਵੀ ਤੂੰ ਹੀ ਪੁੱਛ ਲਿਆ ਕਰ ਚਲ ਕੋਈ ਨਾ ਭਾਬੀ ਗੁੱਸਾ ਨਾ ਕਰਿਆ ਕਰ ਤੂੰ ਚਲ ਤੂੰ ਵੀ ਦੀਦੀ ਨੇ ਤਾਂ ਰੋਟੀ ਵੀ ਬਣਾਤੀ ਹੋਣੀ ਆ ਆ ਸ਼ਹਿਰੀ ਹਜੇ ਤੱਕ ਨਹੀਂ ਉੱਠਿਆ ਇੰਨਾ ਸੋਣਾ ਵੀ ਕੀ ਆਖੇ ਬੰਦੇ ਨੂੰ ਇਹ ਕੀ ਕਰਦੇ ਭਾਬੀ ਤੂੰ ਇੱਥੇ ਕਿਉਂ ਬੈਠ ਗਿਆ ਮੱਚ ਜੇਗਾ ਕੱਪੜੇ ਵਿਚਾ ਲੇਗਾ ਇੱਧਰ ਦੀ ਆ ਜਾ ਕਿਧਰ ਨਹੀਂ ਮੱਚਣਾ ਚਾਹ ਤਰੀ ਆ ਹਾਂ ਚਾਹ ਤਰੀ ਬੰਨ ਵਾਲੀ ਆ ਅੱਛਾ ਉਹ ਸ਼ਹਿਰੀ ਹਜੇ ਤੱਕ ਨਹੀਂ ਉੱਠਿਆ ਰੋਟੀ ਭਾਬੀ ਕਿੱਥੇ ਆ ਰੋਟੀ ਬਣਾਈ ਜਾਂਦੀ ਆ ਰੋਟੀ ਬਣਾਉਂਦੀ ਆ ਤੂੰ ਚਾਹ ਜਿਵੇਂ ਚੱਜ ਦੀ ਬਣਾਉਣੀ ਹੁੰਦੀ ਆ ਅੱਜ ਮੈਂ ਤੇਰੇ ਹੱਥ ਦੀ ਚਾਹ ਪੀਂਦਾ ਤੂੰ ਮੇਰੀ ਨਵੀਂ ਭਾਬੀ ਆ सामने पशुआ डांडा पानी डाणी पिया है सारा मैं ओ काम करती हैगी आ वेख ला मैं तां रोटी पका भी नहीं इन्हां दी चाह अजे हुण तरी होई आ हुण वाले आउंदे ने इन्हां दी चाह नूं दुद्ध तां कोई बहरा दस चल इदां जे जे हैगे ने तू मरा मटा खा गल कर लगा साडा मेरे ते ही आउणा हुंदा मैनूं पता घुम घमा के गल मेरे ते ही आउणी हुंदी जिन्ना मर्जी सेवा कर ला मैं हुण तू मैनूं ऐ दे वी रोटी तरा हुण बस गए हुंदे ले जा नाल मेरी गल सुन ਉਹ ਮਹਾਰਾਜਾ ਅੰਦਰ ਸੁੱਕਾ ਪਿਆ ਗਾ ਉਹਨੂੰ ਤੂੰ ਹੀ ਕਹਦੇ ਵੀ ਟਾਈਮ ਨਾਲ ਉੱਠ ਜਾ ਖੇਤ ਤੈਨੂੰ ਪਤਾ ਬੋਰ ਦਾ ਕੰਮ ਚੱਲੀ ਜਾਂਦਾ ਓਏ ਕਿੰਨੇ ਗੱਲ ਦਾ ਕਹਿ ਲਿਆ ਮੈਂ ਇਸ ਨੂੰ ਇਹ ਪੀਣ ਬਜਾਈ ਦਾ ਕੀ ਫਾਇਦਾ ਬਾਰ ਬਾਰ ਇਹ ਤਾਂ ਆਪੇ ਕੰਮ ਕਰਨਾ ਪਊਗਾ ਤੇ ਫਿਰ ਹੁਣ ਤੂੰ ਬੰਦਾ ਕਿਹੜਾ ਰੱਖੇਗਾ ਬੋਦਾ ਵੀ ਨਹੀਂ ਚੱਜਦਾ ਜਾਏ ਖਾਣ ਦਾ ਵੀਰ ਤੇਰੇ ਨਾਲ ਕੰਮ ਕਰਾ ਦੇ ਕੋਰਾ ਉਹ ਮੈਂ ਤਾਂ ਮੇਰਾ ਮੁੰਡਾ ਲੈ ਜੂਗਾ ਯਾਰ ਜਿੰਨਾ ਕੁ ਹੋਊਗਾ ਉਹਨਾਂ ਕਰ ਲਾਂਗੇ ਤੇਰੇ ਕੱਡੇ ਦਾ ਹੀ ਆ ਬਸ ਗੱਲਾਂ ਦੇ ਕੇ ਮੈਂ ਕਰਦਾ ਚਲ ਕੋਈ ਨਹੀਂ ਪੁੱਤ ਤੂੰ ਬਾਗ ਜੀ ਚੰਗਾ ਨਾਲ ਵੜ ਜਾ ਆਹੋ ਹੋਰ ਦੀਰੂ ਬਨਾਮਾ ਉਹ ਚਾ ਚੱਗਾ ਚੰਗਾ ਰੋਟੀ ਖਾਣੀ ਹੋਰ ਦੱਸ ਦੇ ਬਸ ਪਾ ਗਿਆ कि 9 ਵਜੇ ਪਏ ਨੇ ਫਿਰ ਕਿ 9 ਹੀ ਵਜੇ ਨੇ ਤੁਸੀਂ ਚਾਹ ਪੀਓ ਨਾਲੇ ਮੇਰੀ ਗੱਲ ਸੁਣੋ ਉਹ ਦੀਦੀ ਨਾ ਬਾਹਰ ਲੜਨ ਲੱਗ ਰਹੇ ਨੇ ਉਹ ਯਾਰ ਛੋਟਾ ਤਾਂ ਰੋਜ਼ ਦਾ ਹੀ ਕਾਟੋ ਕਰੀ ਸੋ ਤੁਸੀਂ ਕਰਵਾਉਣੇ ਨਾਲੇ ਤੇਰੇ ਮੇਰੀ ਬੇਇੱਜ਼ਤੀ ਕਰਾਉਣੇ ਆਉਂਗੇ ਕਰਕੇ ਉੱਠਣ ਸਾਰਾ ਜਾ ਭੱਜ ਜਾ ਤੂੰ ਵੀ ਜਾ ਕੇ ਥਾਪੀ ਚੱਕ ਲੈ ਤੁਸੀਂ ਚਾਹ ਪੀਓ ਟਾਈਮ ਨਾਲ ਉੱਠਣਾ ਨਹੀਂ ਹੈਗਾ ਦੂਜਿਆਂ ਨੂੰ ਵੀ ਮਾਰ ਰੱਖਵਾਉਂਦੇ ਨੇ ਮਾਰ ਤੂੰ ਬਗ ਜਾ ਬਗ ਓਏ ਬੰਨਦੇ ਬੰਦੇ ਮਿਸਤਰੀ ਤਾਰਾ ਸਹੀ ਬਣਦੀ ਓਏ ਤੂੰ ਹੌਲੀ ਛੱਡਿਆ ਕਰ ਓਏ ਹੌਲੀ ਛੱਡਿਆ ਕਰ ਤੇ ਖਾਣੀ ਦਾ ਇੱਥੇ ਸਾਰੇ ਟੱਬਰ ਨੂੰ ਰੋਟੀ ਖਵਾਤੀ ਹੈ ਬਾਬਾ ਵੀ ਆ ਕੇ ਗੁਰਦੁਆਰੇ ਵਾਲਾ ਰੋਟੀ ਲੈ ਗਿਆ ਤੇ ਇਹਨਾਂ ਦੀ ਹਜੇ ਤੱਕ ਆਸਕ ਮਜੂਕ ਦੀ ਚਾਹ ਹੀ ਨਹੀਂ ਪੂਰੀ ਹੋਈ ਦੱਸ ਪਹਿਲਾਂ ਭਰਿਆ ਪਤੀਲਾ ਡੋਲਿਆ ਵੀ ਉਹ ਕਾਹਤੋਂ ਬਣਵਾਉਣੇ ਹੁੰਦੇ ਹੋ ਉਹ ਤਾਂ ਬਾਗਾਂ ਦੇਣ ਲੱਗ ਜਾਂਦੇ ਆ ਸਾਰੇ ਟੱਬਰ ਦੀ ਚਾਹ ਧਰ ਲਿਆ ਕਰ ਸਾਰੇ ਟੱਬਰ ਦੀ ਚਾਹ ਧਰ ਲਿਆ ਕਰ ਇੱਕ ਉਹ ਮਰਨਾ ਪਤਾ ਨਹੀਂ ਕਿੱਥੇ ਵੱਗ ਗਿਆ ਹੁਣ ਟਗੂਸੀਆਂ ਮਾਰਦਾ ਫਿਰਦਾ ਸੀ ਇੱਥੇ ਬੇ ਵਧਿਆ ਬੇ ਸੁਣਦਾ ਨਹੀਂ ਤੈਨੂੰ ਬੇ ਖੇਤ ਭੱਗ ਜਾ ਮਰ ਜਾ ਗਰ ਜਾ ਤੂੰ ਵੀ ਪਲੇਕ ਪੈਣਾ ਪਤਾ
ਹੁੰਦਾ ਹੈਗਾ ਟੁੱਟ ਪੈਣਾ ਆ ਦੋ ਭਾਂਡੇ ਮਾਂਜੀਆਂ ਫੇਰ ਦੇਖਦੀਆਂ ਕਿਤੇ ਐ ਨਾ ਹੋਵੇ ਤੁਹਾਨੂੰ ਤੁਹਾਡੀ ਗਵਾਂਢਣ ਨਾ ਕਿਸੇ ਨਾਲ ਗੱਲਾਂ ਮਾਰੀ ਜਾਂਦਾ ਹੋਵੇ ਸਾਰੀ ਦਿਹਾੜੀ ਗੱਲਾਂ ਦਾ ਨਾਨਾ ਬਣਿਆ ਰਹਿੰਦਾ ਕਾ ਪਾ ਹਲੋ ਹਾਂ ਹਾਂ ਅੱਛਾ ਗਰਮੀ ਤੈਨੂੰ ਲੱਗ ਜਾ ਗਰਮੀ ਮੈਂ ਤਾਂ ਇਸੀ ਚ ਬੈਠਾ ਇਸੀ ਚ ਆਹ ਹਾਂ ਹਾਂ ਨਵਾਂ ਬੈਠ ਲੈਂਦਾ ਆਹ ਸੂਟ ਸਮਾਧੂ ਦੋ ਸੂਟ ਸਮਾਧ ਹਾਂ ਹਾਂ ਅੱਛਾ 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 ਕਦੋਂ ਆ ਜੂ ਆਹ ਕੋਈ ਕੰਮ ਕੋਈ ਨਹੀਂ ਬਸ ਮੈਂ ਤਾਂ ਨੌਕਰ ਲੱਗ ਰਹਿ ਰਹੀ ਭਾਂਡੇ ਤਾਂ ਗਏ ਮਾਂਜੇ ਪਹਿਲਾਂ ਪੋਤੇ ਦੀ ਪੜਤਾਲ ਕਰਾਂ ਵੀ ਪੋਤਾ ਕਿੱਥੇ ਹੈ ਜੇ ਇੱਕ ਦਾ ਪਤਾ ਨਹੀਂ ਕਿੱਥੇ ਨੂੰ ਕਿਆ ਫਾਇਦਾ ਕੰਮ ਦਾ ਤਾਂ ਕੋਈ ਫਿਕਰ ਹੀ ਹੈ ਨਹੀਂ ਕਿਸੇ ਨੂੰ ਬਸ ਠੇਕਾ ਲੈ ਰੱਖਿਆ ਮੇਰੇ ਬੰਦੇ ਇਹ ਹੀ ਕੰਮ ਕਰੇ ਸਾਰਾ ਹੋਰਾਂ ਨਿਆਣਾ ਨਾਲ ਲੈ ਗਿਆ ਬਸ
ਤਾਂ ਇਹਨੇ ਗੱਦੇ ਜੇ ਵਿਛਾਉਂਦੇ ਆ ਲਿਆ ਦੇ ਸਾਰਾ ਪੱਟਿਆ ਜਾਂਦਾ ਜੇ ਖਣੇ ਦਾ ਅਗਾ ਸੋਣੀ ਮੇਰੀ ਆ ਕੁੜੀ ਵਾਲਾ ਟੋਕਰਾ ਚੱਕ ਤੇ ਮੱਝ ਨੂੰ ਮਾਰ ਦਵਾ ਕੇ ਦਵਾ ਦਾ ਦੀਦੀ ਤੂੜੀ ਤੋਂ ਨਾ ਮੈਨੂੰ ਐਲਰਜੀ ਹੈ ਅੱਛਾ ਤੇਰੇ ਚ ਐਨਰਜੀ ਹੈ ਤੇ ਮੈਂ ਉਹੀ ਤੁਰੀ ਫਿਰਦੀ ਆ ਜੇ ਤੂੰ ਇੱਕ ਵਾਰ ਮੈਨਾਂ ਪੰਗਾ ਤਾਂ ਲੈ ਕੇ ਦੇਖ ਫੇਰ ਮੈਂ ਦੱਸੂ ਮੇਰੇ ਚ ਕਿੰਨਾ ਦਮ ਹੈ ਹਾਂ ਅਖੇ ਮੇਰੇ ਚ ਐਨਰਜੀ ਹੈ ਐਲਰਜੀ ਕਹਿੰਦੀ ਐਲਰਜੀ ਤੂੜੀ ਮੈਨੂੰ ਚੜਦੀ ਹੈ ਅੱਛਾ ਹੁਣ ਤੈਨੂੰ ਤੂੜੀ ਤੋਂ ਐਲਰਜੀ ਹੈ ਚਾ ਤੂੰ ਐ ਕਰ ਤੂੜੀ ਜਾ ਕੇ ਮੈਂ ਪਾ ਦੇਣੀ ਆ ਆ ਫੜ ਫੌੜਾ ਠੀਕ ਆ ਆ ਟੋਏ ਟੱਪੇ ਕਰਕੇ ਸੱਟ ਤੇ ਮਾਰ ਦੇ ਰੜਕਾ ਆ ਜਾ ਦੀਦੀ ਇਹ ਵੀ ਤਾਂ ਮਿੱਟੀ ਹੈ ਜਿਹਦੀ ਧੂੜ ਨਿਕਲਦੀ ਹੈ ਐਲਰਜੀ ਕੋਈ ਗੱਲ ਹੈ ਅੱਛਾ ਹੁਣ ਤੈਨੂੰ ਐਲਰਜੀ ਹੋ ਗਈ ਜਦੋਂ ਸੌਣ ਤੋਂ ਪਹਿਲਾਂ ਕਹਿੰਦੀ ਹੁੰਦੀ ਆ ਮੈਨੂੰ ਤਾਂ ਦੁੱਧ ਪੀਤੇ ਬਿਨਾਂ ਨੀਂਦ ਨਹੀਂ ਆਉਂਦੀ ਉਹ ਤਾਂ ਗੱਟ ਗੱਟ ਕਰਕੇ ਐਡਾ ਗਲਾਸ ਪੀ ਜਾਂਦੀ ਆ ਉਹ ਤੋਂ ਕਿਹਾ ਨਹੀਂ ਵੀ ਮੈਨੂੰ ਦੁੱਧ ਤੋਂ ਐਲਰਜੀ ਆ ਕਮਾਲ ਹੋ ਗਈ ਦੀਦੀ ਤੁਹਾਡੀ ਤੁਸੀਂ ਨਹੀਂ ਸਮਝਦੇ ਕਦੇ ਵੀ ਆ ਮੈਂ ਤਾਂ ਆਪੇ ਹੀ ਨਹੀਂ ਸਮਝਦੀ ਹੈਗੀ ਪਾਗਲ ਆ ਮੈਂ ਤਾਂ ਪਾਗਲ ਸੀ ਸਤਿ ਸ਼੍ਰੀ ਅਕਾਲ ਪੈਰੀ ਪੈਨੇ ਆ ਸਤਿ ਸ਼੍ਰੀ ਅਕਾਲ ਉਹ ਮੱਖਿਆ ਜੀ ਬੋਦਾ ਕਿੱਥੇ ਆ ਨਾ ਕੀ ਗੱਲ ਆ ਇਹਦੇ ਪੈਰਾਂ ਨੂੰ ਪੈਣਾ ਮੇਰੇ ਪੈਰਾਂ 'ਚ ਛਾਲੇ ਹੋਏ ਨੇ ਓਏ ਮਾਂ ਕਿਹਾ ਭਾਬੀ ਜੀ ਛੋਟੇ ਵੀ ਪਾ ਜਾਂਦੇ ਆ ਨਾ ਪੈਰੀ ਪਾ ਜਾਂਦੇ ਆ ਨਾ ਕਿਹਦੀ ਗੱਲ ਪਾ ਜਾਂਦੇ ਨਾਲ ਮੈਂ ਤਾਂ ਪਤਾ ਨਹੀਂ ਬੋਦਾ ਕਿੱਥੇ ਆ ਬੇ ਉਹਨੇ ਕਿੱਥੇ ਜਾਣਾ ਆ ਹੁਣੇ ਪੱਠੇ ਗੁੱਟ ਕੇ ਖੇਤ ਨੂੰ ਉਜੜਿਆ ਮਸਾਂ ਭੇਜਿਆ ਅੱਛਾ ਤਾਂ ਖੇਤ ਆ ਹੋਰ ਮੈਂ ਵੀ ਜਾਂਦਾ ਫਿਰ ਬੇ ਇੱਧਰ 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 ਖੇਤ ਆ ਖੇਤ ਆ ਇੱਧਰ ਅੱਛਾ ਇੱਧਰ ਖੇਤ ਆ ਇੱਧਰ ਖੇਤ ਆ ਨਾ ਹੋ ਤੈਨੂੰ ਪਤਾ ਨਹੀਂ ਪਰ ਤੈਨੂੰ ਪਤਾ ਜਾਂਦਾ 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 ਕਿਉਂ ਨਾ ਨਾਲੇ ਲੱਗਦਾ ਭੱਜ ਜਾ ਚੌਰੀਆ ਭੱਜ ਜਾ ਨਾ ਕੀ ਗੱਲ ਤੂੰ ਉਹਦੇ ਕਦੀ ਹੱਸਦੀ ਐ ਹੁਣ ਤੇਰਾ ਆਸ਼ਕੀ ਵੇਲੇ ਐਲਰਜੀ ਕਿੱਥੇ ਭਾਗੀ ਤੁਹਾਡੇ ਕਹਿਣ ਦਾ ਕੀ ਮਤਲਬ ਹੈ ਮੈਂ ਆਈ ਕਹਿੰਦੀ ਆ ਮੈਂ ਆਈ ਕਹਿੰਦੀ ਆ ਤੂੜੀ ਵੇਲੇ ਐਲਰਜੀ ਹੋ ਗਈ ਜੇ ਤੈਨੂੰ ਆਖਾਂ ਇੱਥੇ ਫੌੜਾ ਮਾਰ ਦੇ ਤੈਨੂੰ ਐਲਰਜੀ ਹੋ ਗਈ ਹੁਣ ਉਹ ਗੱਡ ਗਿਰੇ ਜਿਹਦੇ ਨਾਲ ਇਹੀ ਕਰਕੇ ਹੱਸਦੀ ਆ ਹੁਣ ਤੇਰੀ ਐਲਰਜੀ ਕਿੱਥੇ ਭਾਗੀ ਨਾ ਹੁਣ ਮੈਂ ਹੱਸਣਾ ਵੀ ਬੰਦ ਕਰਦਾ ਆਹਾਹਾ ਹੱਸਣਾ ਬੰਦ ਕਰ ਦੇ ਨੀ ਉਹਦਾ ਮੂੰਹ ਤਾਂ ਦੇਖ ਲੈ ਜਿਵੇਂ ਤੌੜੇ 'ਚ ਮੋਰਾ ਹੋਇਆ ਹੁੰਦਾ ਮੂੰਹ ਤਾਂ ਦੇਖ ਲੈ ਉਹਦਾ ਚੱਜ ਦੇ ਬੰਦੇ ਨਾਲ ਆਸ਼ਕੀ ਮਰਦ ਵਿੱਚ ਹਾਂ ਚੱਜ ਦੇ ਨਾਲ ਮਾਰੀ ਹੈ ਤਾਂ ਹੀ ਸੁੱਤਾ ਪਿਆ ਹੁਣ ਤੱਕ ਅਸਲ ਉੱਠ ਕੇ ਨਹੀਂ ਆਇਆ ਹਜੇ ਤੱਕ ਇਹੀ ਗੱਲ ਹੈ ਨਾ ਫਿਰ ਦੋ ਮਿੰਟ ਇੱਥੇ ਫੜਨੇ ਆਈ ਉਹ ਮਾਈ ਦਾ ਚਾਰ ਖੜ ਜੂ ਚਾਰ ਤੂੰ ਆਉਣਾ ਹੀ ਤਾਂ ਬਣ ਮੂੰਹ ਤੇ ਨਿਕਲਣ ਲੱਗ ਗਿਆ ਦੇਖ ਤਾਂ ਸਹੀ ਗੱਲਾਂ ਦੇਖ ਜਿਵੇਂ ਕਿਤੇ ਮੈਨੂੰ ਪਤਾ ਹੀ ਨਹੀਂ ਪਤਾ ਟਰਦੀ ਹੈ ਸਾਰੀ ਅਮਨ ਤੇਰਾ ਦਿਮਾਗ ਖਰਾਬ ਹੋ ਗਿਆ ਕੀ ਕਰ ਗਿਆ ਤੂੰ ਵੱਡੀ ਭਰਜਾਈ ਤੇ ਥਾਪੀ ਚੱਕਦੀ ਆ ਲੈ ਦੇਖ ਲਾ ਹੁਣ ਕੱਲ ਦੀ ਆਈ ਤੇ ਆ ਦੇਖ ਲੈ ਕੀ ਕੁਛ ਕਰਦੀ ਹੈ ਸ਼ੈਰੀ ਤੈਨੂੰ ਪਤਾ ਮੈਨੇ ਕੀ ਕੁਛ ਬੋਲੀ ਇਹ ਅਹੇ ਜੇ ਤੈਨੂੰ ਭਰਜਾਈ ਨੇ ਕੀ ਬੋਲਦਾ ਮੈਂ ਕੀ ਬੋਲਦਾ ਮੈਂ ਆਖਾਂ ਤੂੜੀ ਦਾ ਟੋਕਰਾ ਚੱਕ ਲਾ ਕਹਿੰਦੀ ਮੈਂ ਤਾਂ ਆਖੇ ਤੂੜੀ ਚੜਦੀ ਆ ਮੈਂ ਆਖਾਂ ਚੱਲ ਤੂੰ ਫੌੜਾ ਚੱਕ ਕੇ ਸਿੱਧਾ ਕਰਕੇ ਰੜਕਾ ਮਾਰ ਦੇ ਕਹਿੰਦੀ ਮੈਂ ਤਾਂ ਮਿੱਟੀ ਚੜਦੀ ਆ ਮੈਂ ਕੀ ਬੜਾ ਹੋਣਾ ਬੋਲ ਫੇਰ ਕਿ ਜੀ ਗੱਲ ਹੋਊਗੀ ਜੇ ਤੂੰ ਤੂੜੀ ਦਾ ਟੋਕਰਾ ਪਾਣ ਦੀ ਭਰਜਾਈ ਵੀ ਤਾਂ ਇੰਨਾ ਕੰਮ ਕਰਦੀ ਆ ਮੇਰੀ ਗੱਲ ਸੁਣੋ ਆਸ਼ਕੀਆਂ ਨੇ ਗੱਲਾਂ ਪਰਖ ਦੀ ਅਖਲਾ ਜਿਹੜਾ ਬੋਦੇ ਨਾਲ ਆਉਂਦਾ ਹੁੰਦਾ ਕਿਥ ਮਿੱਟੀਆ ਜਾ ਉਹਨੂੰ ਕਹਿੰਦੀ ਤੂੰ ਉਹਦੇ ਨਾਲ ਆਸ਼ਕੀ ਕਰਦੀ ਏ ਹਾਂ ਫਿਰ ਉਹਦੇ ਬਾਅਦ ਦੇਖੀ ਐਂ ਕਰਦੀ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੂੰ ਬੰਦਾ ਨੂੰ ਕਹਿ ਵੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਇਹ ਤੇਰੀ ਗਲਤ ਗੱਲ ਆ ਜਦੋਂ ਬਗਾਨਾ ਬੰਦਾ ਹੁੰਦਾ ਤੂੰ ਉਹਦੇ ਕਿੰਨੀਆਂ ਅੱਖਾਂ ਝੱਕਦੀਆਂ ਜਾਂ ਹੱਸਦੀ ਕਿਉਂ ਉਹਨੂੰ ਦੇਖ ਕੇ ਮੇਰੀ ਹੱਸੀ ਨਿਕਲ ਗਈ ਕਿੰਨੀ ਕੀ ਗੱਲ ਹੋ ਗਈ ਫਿਰ ਹੱਸੀ ਤਾਂ ਤੈਨੂੰ ਦੇਖ ਕੇ ਵੀ ਸੀ ਆਹ ਦੇਖ ਲੈ ਕਿਹੜੇ ਭਾਵੇਂ ਨੂੰ ਪਹੁੰਚ ਗਿਆ ਤੈਨੂੰ ਦੇਖ ਕੇ ਵੀ ਹੱਸ ਗਈ ਹੋਣੀ ਆ ਸਾਰੀ ਦਿਹਾੜੀ ਆਹੀ ਕਾਡੋ ਗਲੇ ਸੇ ਤੂੰ ਤਾਂ ਪੜੀ ਲਿਖੀਆਂ ਭਾਈ ਮੇਰੀ ਗੱਲ ਸੁਣ ਲੈ ਭਾਈ ਬਹੁਤ ਚਿਰ ਹੋ ਗਿਆ ਮੈਨੂੰ ਬਰਦਾਸ਼ਤ ਕਰਦੀ ਨੂੰ ਤੂੰ ਦੇਖ ਲੈ ਹੁਣ ਟਾਈਮ 10 ਵਜੇ ਨਾਲੇ ਹੋ ਗਏ ਭਲਾ ਇਹ ਉੱਠਣ ਦਾ ਟਾਈਮ ਉੱਠਣ ਦਾ ਟਾਈਮ ਆ ਤੂੰ ਵੀ ਸ਼ਰਮ ਕਰ ਲੈ ਮਾੜੀ ਮੋਟੀ ਉਹ ਭਰਜਾਈ ਰਾਤ ਕੰਮ ਤੋਂ ਲੇਟ ਹੋ ਗਏ ਤੇ ਨਾ ਤਾਂ ਕਰਕੇ ਕੰਮ ਤੇ ਤੂੰ ਬੜਾ ਇੱਥੇ ਡੀਐਸਪੀ ਲੱਗਿਆ ਹੋਇਆ ਉਸੇ ਖੇਚ ਮੇਰਾ ਬੰਦਾ ਉੱਥੇ ਹੀ ਤੂੰ ਜਾ ਕੇ ਆਇਆ ਤੂੰ ਕਿੱਥੇ ਭੱਜ ਗਿਆ ਸੀ ਚੱਲ ਕੋਈ ਨਾ ਭਰਜਾਈ ਗੱਲਾਂ ਦੇਖ ਲਾ ਜਾ ਕੇ ਤੂੰ ਜਲਦੀ ਉੱਠ ਭਾਈ ਮੇਰੀ ਗੱਲ ਸੁਣ ਲਾ ਮੁੰਡੇ ਦੀ ਮੈਂ ਐਡਮਿਸ਼ਨ ਵੀ ਕਰਵਾਉਣੀ ਆ ਠੀਕ ਆ ਨਾ ਸਾਰੇ ਉਹਦੇ ਨਾਂ ਦੇ ਦੋਸਤਾਂ ਮਿੱਤਰਾਂ ਨੇ ਦਾਖਲੇ ਭਰਵਾਵੇ ਉਹ ਜਵਾਕ ਮੈਂ ਹੁਣ ਰੋਟੀ ਖਵਾ ਕੇ ਭੇਜਿਆ ਖੇਤ ਵੀ ਚੱਲ ਤੂੰ ਭੱਜ ਜਾ ਤੇਰਾ ਹੱਕ ਨਹੀਂ ਬਣਦਾ ਜਾਣ ਦਾ ਕਿਸੇ ਨੇ ਤੇਰਾ ਮੁੰਡਾ ਡੀਸੀ ਲੱਗਣ ਲੱਗਿਆ ਚੁੱਪ ਕਰ ਨਹੀਂ ਕਰਦੀ ਪੁੱਤਨੀ ਅਗਰ ਜੀ ਪਿਆ ਚੱਦਾ ਵੀ ਤੂੰ ਉਹਦਾ ਲੱਗਣ ਜੋਗਾ ਨਹੀਂ ਛੱਡੇ ਮੇਰੇ ਆਏ ਨੂੰ ਬੋਲਦੀ ਮੇਰੇ ਆਏ ਨੂੰ ਬੋਲਦੀ ਬਸ ਖਰਚਾ ਖਰਚਾ ਤੂੰ ਹੈ ਤੂੰ ਜਾ ਦੇ ਕੋਈ ਸੀ ਕਿ ਤੂੰ ਮੈਂ ਜੋ ਦੀ ਲੱਗ ਲੈਂਦਾ ਉਹ ਪਾਪੀ ਜੀ ਉਸੇ ਤਾਂ ਉਹ ਵੀ ਲੱਗ ਲੈਂਦਾ ਉਹ ਵੀ ਲੱਗ ਲੈਂਦਾ ਹਾਂ ਪਾਪੀ ਤੂੰ ਤਾਂ ਸਿਆਣੀ ਆ ਆ ਤੇ ਲੱਗੀ ਬੋਲਦੀ ਆ ਇਹ ਤਾਂ ਹੈ ਹੀ ਪਲਾ ਹੀ ਜੀ ਇਹ ਉਹ ਹੈ ਹੀ ਨਹੀਂ ਹੈਗੀ ਮੈਂ ਦੱਸਦਾ ਮੈਂ ਮੇਰੇ ਹੱਥ ਸੀ ਇਹ ਜੀ ਕਹਿ ਉਹ ਖਾਜਾ ਤੂੰ ਚੁੱਪ ਕਰ ਕੋਈ ਵਿੱਚ ਬੋਲੀਆਂ ਨੇ ਵੱਡਿਆਂ ਸਾਹਮਣੇ ਇਹ ਬੋਲਦੇ ਹੁੰਦੇ ਨੇ ਮੈਨੂੰ ਕਹਿੰਦੇ ਆ ਅਗਰ ਤੂੰ ਮੁੰਡਾ ਤਾਂ ਮੁੰਡਾ ਡੀਸੀ ਲਵਾ ਲੈ ਪਾਪੀ ਤੇਰੇ ਮੂਰੇ ਹੱਥ ਬੰਨੇ ਤੂੰ ਵੱਡੀਆਂ ਸਿਆਣੀਆਂ ਚੁੱਪ ਕਰ ਜਾ ਸਿਆਣੀਆਂ ਸਿਆਣੀਆਂ ਇਹਦੇ ਵੱਲੋਂ ਮੈਂ ਮਾਫੀ ਮੰਗਦਾ ਤੂੰ ਨਾ ਚੁੱਪ ਅੱਜ ਮੈਂ ਬਸ ਕਰੋ ਚੱਲ ਆ ਜਾ ਹਾਂ ਚੋਰੀ ਨੇ ਜੋ ਸਾਰਾ ਕੁਝ ਚੋਰੀ ਜਾਣੇ ਨਾਲੇ ਕੁਝ ਹੋਰ ਉਧਰ ਬਾਈ ਆ ਕੇ ਕੀ ਕਹੂਗਾ ਚੱਲ ਜਾ ਉਹਦੇ ਭਾਈ ਨੇ ਠੀਕ ਹੈ ਨਾ ਭਾਈ ਨੇ ਠੀਕ ਹੈ ਨਾ ਜੇ ਉਹ ਕਹਿਣ ਜੋਗਾ ਹੁੰਦਾ ਨਾ ਤੁਹਾਨੂੰ ਬਾਹਰ ਕਰ ਦਿੰਦਾ ਮੈਂ ਬਥੇਰਾ ਤੇਰੇ ਬਾਈ ਨੂੰ ਕਿਹਾ ਮੈਨੂੰ ਖੂਨ ਲੈ ਦੇ ਮੈਨੂੰ ਖੂਨ ਲੈ ਕੇ ਦੇ ਦੇ ਜੇ ਮੇਰੇ ਕੋਲ ਖੂਨ ਹੁੰਦਾ ਨਾ ਹੁਣ ਨੂੰ
ਤੇਰੀ ਵੀਡੀਓ ਬਣਾ ਕੇ ਪਾਉਂਦੀ ਮੈਂ ਨੈਟ ਤੇ ਤੇ ਹੁਣ ਤੂੰ ਤੇਰਾ ਜੁੱਲੀ ਬੈਸਰਾ ਚੱਕ ਕੇ ਮਾਰੇ ਹੁਣ ਕੀ ਬੋਲ ਤੂੰ ਕੁਝ ਹੋਰ ਨਾ ਕਰਦੇ ਵੀ ਕਿਤੇ ਹਾਂ ਦੇਖ ਲੈ ਸੁਣ ਲੈ ਜੇ ਅਸੀਂ ਕਰਤੂਤ ਕਰਦੇ ਤਾਂ ਇਹ ਸੁਣਦੀ ਹੈ ਨਾ ਚੱਲ ਤੂੰ ਮੇਰੇ ਨਾਲ ਚੱਲ ਇੱਧਰ ਕਿੱਥੇ ਚੱਲ ਘਰ ਚ ਕਲੇਸ਼ ਪਾ ਕੇ ਹੁਣ ਚੱਲ ਫਲਾਣਾ ਧਿਮਕਾ ਫਲਾਣਾ ਨਾ ਕੁਝ ਹੋਰ ਚੱਲ ਕੋਈ ਨਾ ਪਾਬੀ ਬੇ ਤੂੰ ਭੱਗ ਜਾ ਟੀਵੀ ਜੋਗਾ ਰਹੇਗਾ ਕੰਮ ਨਹੀਂ ਕੋਈ ਕਰ ਸਕਦਾ ਜਿਹੜੇ ਟੀਵੀਆਂ ਦੇ ਯਾਰ ਹੁੰਦੇ ਆਈ ਰਹਿੰਦੇ ਨੇ ਉਹ ਗੱਲਾਂ ਦੇਖ ਲਾ ਅੱਜ ਸਮਾਨ ਲੈਣਾ ਬੋਲਦਾ ਅੱਛਾ ਬਾਈ ਸੀਗਾ ਪਾਤਰਾ ਜਾਣਾ ਉੱਥੇ ਜੋ ਖੇਤ ਆ ਜਾਗੇ ਬਾਈ ਆ ਜਾਗੇ ਨਾਲੇ ਮੇਰੀ ਗੱਲ ਸੁਣ ਲਾ ਹਾਂ ਕੰਨ ਨੰਗਾ ਕਰ ਲਾ ਤੂੰ ਵੀ ਸੁਣ ਲਾ ਤੂੰ ਵੀ ਆ ਜੀ ਆ ਬੋਲ ਆ ਤੂੰ ਕਹਿਣ ਵਾਲਾ ਬੋਲਿਆ ਕੀ ਆ ਜਾਗੇ ਫਿਰ ਕੋਈ ਨਾ ਐਡੀ ਗੱਲ ਜੇ ਇਹ ਨਾ ਹੈ ਨਾ ਤੁਸੀਂ ਹਿਸਾਬ ਲਾ ਲੋਟ ਨਾਲ ਬਣਦਾ ਕੀ ਆ ਪਹਿਲਾਂ ਹੀ ਕਦੇ ਆਈ ਨਹੀਂ ਹੈਗੇ ਬਾਈ ਯਾਰ ਉਹ ਮੈਨੂੰ ਪਤਾ ਥੋੜਾ ਆਇਆਂ ਦਾ ਤੂੰ ਚੱਲ ਬਾਈ ਅਸੀਂ ਆ ਗਏ ਦੋ ਜਣੇ ਆਉਂਦੇ ਹਿਸਾਬ ਲਾ ਲਓ ਫਿਰ ਚੱਲ ਬਾਈ ਚੱਲ ਆ ਗਏ ਅਸੀਂ ਤੇਰੇ ਮਾਂਗਰੀ ਆ ਗਏ ਚੱਲ ਚਲੀਏ ਹੁਣ ਚੱਲ ਗੋਦੇ ਆਪਾਂ ਨੂੰ ਜਾਣਾ ਪਊਗਾ ਬਾਈ ਦਾ ਸੁਭਾਅ ਬਹੁਤ ਗਰਮ ਆ ਨਾਲੇ ਘੁੱਟਦਾ ਵੀ ਬਹੁਤ ਭੈੜਾ ਹੱਥ ਬਹੁਤ ਕਿਹੜਾ ਉਹਦਾ ਉਹ ਤੂੰ ਤਾਂ ਚੰਡੀਗੜ੍ਹ ਹੀ ਰਹਿ ਮੈਂ ਤਾਂ ਸਾਰੀ ਜ਼ਿੰਦਗੀ ਉਰੇ ਬਣਾਤੀ ਮੈਨੂੰ ਪਤੀ ਇਹਦੇ ਸੁਭਾਅ ਦਾ ਮੇਰੇ ਨਾਲ ਤਾਂ ਵੱਧ ਤੈਨੂੰ ਪਤਾ ਬਾਈ ਬਾਰੇ ਰੋਟੀ ਰੋਟੀ ਲੈ ਚੱਲੀਏ ਨਾਲ ਫਿਰ ਰੋਟੀ ਲੈ ਚੱਲਦੇ ਪੁੱਛ ਲੈ ਭਰਜਾਈ ਨੂੰ ਵੀ ਬਣ ਗਈ ਕਿ ਨਾ ਕਿਹੜਾ ਖਵਾਉ ਮੁੰਡੇ ਹੋ ਯਾਰ ਚੱਲਦੇ ਆਪੀ ਲਿਓ ਚੱਲ ਫਿਰ ਆ ਜਾ ਚੱਲ ਪਹਿਲਾਂ ਕਿਹੜਾ ਲੈ ਕੇ ਗਿਆ ਜੀ ਆ ਜਾ ਕਿਵੇਂ ਜੱਗਿਆ ਮੂੰਹ ਜਿਹਾ ਲਮਕਾਈ ਬੈਠਾ ਉਹ ਦੁਖੀ ਨਾ ਹੋਵਾਂ ਬਾਈ ਕੀ ਕਰਾਂ ਇੱਕ 100 ਪਲ ਮਿਸਤਰੀ ਆ ਇੱਕ ਦਿਨ ਆਉਂਦਾ ਨਹੀਂ ਹੈਗਾ ਕਰਾਂ ਕੀ ਅਨੂ ਬਾਈ ਜੱਗੇ ਉਹ ਵੀ ਮਜਬੂਰ ਹੋਊਗਾ ਵਿਚਾਰਾ ਜੇ ਤਾਂ ਛੜਾ ਛੜਾਕ ਹੋਵੇ ਫਿਰ ਤਾਂ ਚੱਲ ਚੱਲ ਜਾਂਦਾ ਹੁਣ ਵਿਆਹਿਆ ਬਿਰਿਆ ਬੰਦਾ ਜਵਾਕਾਂ ਚੱਲਿਆਂ ਦਾ 100 ਦਵਾਈਆਂ ਦਾ ਪੜ੍ਹਾਈਆਂ ਦਾ ਸਕੂਲ ਦੀਆਂ ਐਡਮਿਸ਼ਨਾਂ ਦਾ 100 ਖਰਚਾ ਆਇਆ ਰਹਿੰਦਾ ਹੁਣ ਸਾਰੀ ਕਬੀਲਦਾਰੀ ਉਹਦੀ ਟਾਈਟ ਤਾਂ ਰਹਿੰਦੀ ਆ ਵਿਚਾਰੇ ਦੀ ਉਹ ਬੰਦਾ ਬਹੁਤ ਵਧੀਆ ਉਹ ਖਰਾ ਜਵਾਨ ਦਾ ਉਹ ਬਾਈ ਗੱਲ ਤਾਂ ਤੂੰ ਸਹੀ ਕਹਿਣਾ ਉਹ ਮੇਰੇ ਨਾਲ ਪੜਿਆ ਹੋਇਆ ਮੈਂ ਤਾਂ ਜਾਣਦਾ ਉਹਨੂੰ ਨਾਲੇ ਮੈਂ ਕੁਝ ਕਹਿ ਵੀ ਨਹੀਂ ਸਕਦਾ ਓਏ ਉਹ ਤਾਂ ਸਹੀ ਆ ਜਿਹੜਾ ਤੇਰੇ ਨਾਲ ਪੜਿਆ ਹੋਇਆ ਉਹ ਬਹੁਤ ਤੰਗ ਕਰ ਰਿਹਾ ਮੈਨੂੰ ਮੇਰੇ ਨਾਲ ਪੜਿਆ ਕਿਹੜਾ ਅੱਛਾ ਸ਼ੈਰੀ ਛੋਟਾ ਭਾਈ ਤੇਰਾ ਓਏ ਹਾਂ ਹਾਂ ਅੱਛਾ ਉਹ ਵੀ ਤਾਂ ਕੀ ਗੱਲਾਂ ਕਰਦਾ ਉਹਨੂੰ ਪੱਟੂ ਨੂੰ ਬਥੇਰਾ ਸਮਝਾਇਆ ਮੈਂ ਵੀ ਇਹ ਕੁੜੀਆਂ ਚਿੜੀਆਂ ਦੇ ਚੱਕਰਾਂ 'ਚ ਕੋਈ ਫਾਇਦਾ ਨਹੀਂ ਰੱਖਿਆ ਐਵੇਂ ਜ਼ਿੰਦਗੀ ਖਰਾਬ ਕਰੀ ਜਾਂਦਾ ਤੂੰ ਵੀ ਤੂੰ ਪਿੰਡ ਮੁੜ ਚੱਲ ਕੰਮ ਕਾਰ ਕਰ ਲਾ ਹੁਣ ਤਾਂ ਮੈਨੂੰ ਤਾਂ ਉਸ ਦੇ ਸਿਰਾਣੇ ਬੈਠਾ ਰਹਿੰਦਾ ਉਹ ਓਏ ਬਾਈ ਸਿਆਣੇ ਬਜ਼ੁਰਗ ਦਾ ਕਹਿਣਾ ਕਹਿੰਦਾ ਕਿਆ ਬਾਤਾਂ ਨੇ ਚੰਡੀਗੜ੍ਹ ਲੰਘਾਈਆਂ ਭਾਈ ਨੇ ਰਾਤਾਂ ਨੇ ਹੋਰ ਕੀ ਕਹਾਂ ਮੈਂ ਤੈਨੂੰ ਹੁਣ ਉਹ ਤੂੰ ਭਾਈ ਨੂੰ ਛੱਡ ਬਾਈ ਤੂੰ ਮਾੜਾ ਮੋਟਾ ਸੀਰੀ ਨੂੰ ਇਹ ਵੱਧ ਖਵਾ ਪਿਆ ਰਿਹਾ ਕਰ ਉਸ ਤੇ ਭੋਰਾ ਵੱਧ ਕੰਮ ਲੈ ਲਿਆ ਕਰ ਸੀਰੀ ਬਾਰੇ ਬਾਈ ਕੀ ਦੱਸਾਂ ਤੈਨੂੰ ਉਹ ਮੇਰੀ ਜਨਾਨੀ ਨੂੰ ਕਹੀ ਜਾਂਦਾ ਭਾਗ ਬਣੇ ਕੀ ਹਾਲ ਆ ਭਾਗ ਬਣੇ ਰੋਟੀ ਦੇ ਦੇ ਮੇਰਾ ਬਾਪ ਬਣਾ ਬੈਠਾ ਤਾਂ ਸਿਰ ਤੇ ਓਏ ਕਾਹਨੂੰ ਜੱਗੇ ਬਾਈ ਇਹ ਤਾਂ ਹੁਣ ਤੇਰਾ ਗਲ ਪਿਆ ਢੋਲ ਤੈਨੂੰ ਵਜਾਉਣੀ ਪਊਗਾ ਓ ਬਾਈ ਮੈਨੂੰ ਗੱਲ ਦੱਸ ਇੱਕ ਤੂੰ ਤਿਆਰ ਹੋ ਕੇ ਕਿੱਥੇ ਜਾਣਾ ਓ ਮੈਂ ਤਾਂ ਵਿਆਹ ਚੱਲਿਆ ਮੜਾ ਜਾਂ ਲਹਿਰੇ ਸਾਡੇ ਰਿਸ਼ਤੇਦਾਰੀ 'ਚ ਮੈਂ ਚੱਲ ਸਾਗਣ ਪਾਇਆ ਵਾਂ ਕਿੱਥੋਂ ਦੀ ਜਾਵੇਂਗਾ ਤੂੰ ਕੌਰੀਆਂ ਵਿੱਚ ਦੀ ਬਾਈ ਬਣ ਕੇ ਇੱਕ ਹੱਥ ਮੰਨ ਕੇ ਬੇਨਤੀ ਆ ਸਾਡੇ ਪਰੌਣੇ ਨੂੰ ਇੱਕ ਸੁਨੇਹਾ ਲਾ ਦੂੰ ਕਿ 2 ਵਜੇ ਪਾਤਰਾ ਪਹੁੰਚੇ ਕਿਉਂਕਿ ਸਮਾਨ ਲੈਣਾ ਜਾ ਕੇ ਬਾ ਠੀਕ ਆ ਕੋਈ ਨਾ ਮੈਂ ਸੁਨੇਹਾ ਲਾ ਦੂੰਗਾ ਜੀ ਹੈ ਬਾਈ ਸਮਾਨ ਕਾ ਤਾਂ ਫੀਮ ਫੂਮ ਲੈ ਕੇ ਆਉਣੀ ਆ ਓਏ ਕਾਨੂੰ ਫੀਮ ਲਿਆਉਣੀ ਆ ਬਾਈ ਬੋਰ ਦਾ ਸਮਾਨ ਲਿਆਉਣਾ ਅੱਛਾ ਉਹ ਕਿਉਂ ਪੁੱਛ ਤੋਂ ਟੂ ਹਕਟਾਵੇਂਗਾ ਵਗ ਜਾ ਬਾਈ ਮੈਂ ਤਾਂ ਹੋ ਨਹੀਂ ਸਮਝ ਗਿਆ ਬਾਈ ਜਾ ਬਾਈ ਜਾ ਬਾਈ ਮਿਸਤਰੀ ਆਏ ਨੇ ਜਗ੍ਹਾ ਚ ਤੇਰਾ
ਤੇਰਾ ਮਾਸੜ ਆਇਆ ਨਹੀਂ ਦਿੰਦਾ ਤੈਨੂੰ। ਅੱਛਾ ਕਿੰਨਾ ਕਰੇਗਾ ਕੰਮ ਫਿਰ? ਕੰਮ ਤਾਂ ਬਹੁਤ ਬਣੇ 20 ਪੈਪਾ ਇਹਨਾਂ ਦੇ। ਕੋਈ ਨਾ ਬਾਈ ਹੁਣ ਅਸੀਂ ਆ ਕੇ ਸਾਰਾ ਕੰਮ ਕਰਾ ਦਾਂਗੇ। कोई गेर लिखा नहीं हुंदा है गया। मशीन आए गड्डी नहीं ओते चिते मैनू तू आ कहंदी बोकी फाड़ा ओते मैं सारा देखा थी भी किवें कर रहे मैनू पता सारा आए जे करियां दा थी करके देख ले करके देख ले बाहर हैंडल मैनू ओए सर तेन माड़ा मोटा पता पढ़े लिखा तू हाँ तू पैप को खड़ माड़ा जा ओ चला ता देनो चलाउने चला चला माड़ा जा बहू आई फिर ਉਹ ਜੱਗੇ ਉਦੋਂ ਮੈਂ ਦਿਹਾੜ ਕੇ ਲਿਆਂਦਾ ਉਦੋਂ ਤਾਂ ਡੱਕਰ ਦਾ ਵਿਚਾਰਾ ਹੈ ਤੇ ਰਾਤ ਜਾਂਦੇ ਜਾਂਦੇ ਤੇ ਸੱਪ ਆ ਗਿਆ ਉਦੋਂ ਫੇਰ ਆਪਣੇ ਕੋਲੇ ਆ ਗਿਆ ਤੇ ਹੁਣ ਪਤਾ ਕੀ ਗੱਲ ਆ ਮੈਂ ਇਹਨੂੰ ਅੱਜ ਤਾਂ ਨਾਲ ਲਿਆਇਆ ਮਾਚਾ ਤੇਰੇ ਨਾਲ ਹਿਸਾਬ ਕਿਤਾਬ ਕਰਾ ਲਿਆ ਜੱਗੇ ਨਾਲ ਨਾਲ ਚੱਲ ਹਿਸਾਬ ਕਿਤਾਬ ਕਰਦਾ ਕਿਉਂ ਉੱਥੇ ਦਿਹਾੜੀ ਤੇ ਨਹੀਂ ਆਈ ਤੇ ਆਲਾ ਕੰਮ ਛੱਡ ਕੇ ਕਰਿਆ ਕੀ ਆ ਕਰੇ ਇੱਕ ਲੱਕਾ ਪਾਈਪ ਚਕਾਇਦਾ ਹੈਗਾ ਨਾ ਉੱਥੇ ਦੋ ਤਿੰਨ ਪਾਈਪ ਇਹਦੇ ਪਾਸੇ ਪਾਈਪ ਚੱਕੀ ਨੇ ਲੈ ਚੱਕ ਦੇ ਵੀ ਲੈ ਯਾਰ ਅੱਗੇ ਤੋਂ ਦਿਹਾੜੀ ਰੱਖਿਆ ਜੇਗਾ ਫਿਰ ਤੂੰ ਮੈਨੂੰ ਜੱਗੇ ਕੱਲ ਨੂੰ ਸਰਪੰਚਾ ਪਾਂਚਾ ਦੇ ਗੱਲ ਜਾਣੇ ਕੋਈ ਫਾਇਦਾ ਉਹ ਯਾਰ ਜਿੱਥੇ ਮਰਜ਼ੀ ਜਾਵੇ ਇੱਥੋਂ ਪੈਸੇ ਲੈਣੇ ਨਾ ਉਹ ਤੇ ਦੀ 500 ਰੁਪਏ ਜਦੋਂ ਹਾਂ ਮੈਂ ਕਹਿੰਦਾ ਵੀ ਤੈਨੂੰ ਨਾ ਤੋੜਨਾ ਪਏ ਮੈਨੂੰ ਆਇਆ ਥੋੜੂ ਹੁੰਦਾ ਭਾਈ ਜਿਹੜੇ ਪੈਸੇ ਬਣਦੇ ਨੇ ਭਰਾ ਦੇ ਦੇ ਇਹਨਾਂ ਦੇ ਨਹੀਂ ਨਹੀਂ ਪਿੰਡ ਚ ਬੇਇੱਜ਼ਤੀ ਕਰਨਗੇ ਆਪਣੀ ਵੀ ਉਹਨਾਂ ਨੇ ਪੈਸੇ ਨਹੀਂ ਦਿੱਤੇ ਪੈਸੇ ਨਹੀਂ ਦਿੱਤੇ ਕੰਮ ਕਰਾ ਕੇ ਕਮਾਉਣੇ ਨੇ ਮੈਂ ਤਾਂ ਰੌਲਾ ਪਾਉਂਗਾ ਬਾਈ ਉਹ ਤਾਂ ਬਾਈ ਸਾਫ ਦਾਬ ਤੇਰੇ ਕੋਲ ਜਿੱਥੇ ਤੇਰਾ ਜੀ ਕਰਦਾ ਉੱਥੇ ਰੌਲਾ ਪਾ ਲਈ ਓਏ ਉਹ ਚੱਲ ਭੈਣ ਬਰਾਵੇ ਖਰਾ ਹੈਗਾ ਕੰਮ ਯਾਰ ਤੇਰਾ ਸਾਹ ਦੇ ਹਾਂ ਪੈਰ ਤੇ ਬੱਜੂ ਉਹ ਦਾ ਦੱਸਾਂ ਓਏ ਓਏ ਜੱਪ ਜੇ ਤੋ ਸਾਰੇ ਕੰਮ ਦੇ ਨਹੀਂ ਕਰਦੇ ਨਹੀਂ ਤਪਾਰ ਖੰਦਰੇ ਸਵਣੇ